ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਸ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੀਨੀਆ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਕੱਲ ਪੰਜਾਬੀ ਸਿਨੇਮਾ 'ਚ ਹਰ ਰੋਜ਼ ਕੋਈ ਨਾ ਕੋਈ ਨਵੀਂ ਫਿਲਮ ਅਨਾਊਂਸ ਹੋ ਰਹੀ ਹੈ। ਕਿਸੇ ਨਵੀਂ ਫਿਲਮ ਦਾ ਸ਼ੂਟ ਸ਼ੁਰੂ ਹੋ ਰਿਹਾ ਹੈ ਜਾਂ ਫਿਰ ਹਰ ਹਫ਼ਤੇ ਕੋਈ ਨਾ ਕੋਈ ਫਿਲਮ ਰਿਲੀਜ਼ ਵੀ ਹੋ ਰਹੀ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਅਜਿਹੀ ਹੀ ਨਵੀਂ ਫਿਲਮ ਦੀ ਅਨਾਊਂਸਮੈਂਟ। ਫਿਲਮ ਦਾ ਟਾਈਟਲ ਹੈ ਨਾਨਕਾ ਮੇਲ ਤੇ ਟਾਈਟਲ ਸੁਣਦਿਆਂ ਸਾਰ ਹੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਫਿਲਮ ਵਿਆਹ ਦੇ ਬੈਕਡ੍ਰੌਪ ਵਿੱਚ ਸੈਟਅਪ ਹੋਏਗੀ। ਤੇ ਫਿਲਮ ਦੇ ਵਿੱਚ ਲੀਡ ਰੋਲ ਪਲੇ ਕਰਦਾ ਨਜ਼ਰ ਆਏਗਾ ਇਸ ਸਾਲ ਦਾ ਪਹਿਲਾ ਸੁਪਰਹਿੱਟ ਜੋੜਾ ਰੋਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ। ਫਿਲਮ ਨੂੰ ਕੋ ਡਾਇਰੈਕਟ ਕਰਨਗੇ ਜੱਟ ਬੁਆਇਜ਼ ਪੁੱਤ ਜੱਟਾਂ ਦੇ ਤੇ 25 ਕਿੱਲੇ ਵਰਗੀਆਂ ਫਿਲਮਾਂ ਡਾਇਰੈਕਟ ਕਰ ਚੁੱਕੇ ਸਿਮਰਨਜੀਤ ਸਿੰਘ ਹੁੰਦਲ ਤੇ ਉਹਨਾਂ ਦੇ ਨਾਲ ਐਜ਼ ਅ ਡਾਇਰੈਕਟਰ ਡੈਬਿਊ ਕਰਦੇ ਨਜ਼ਰ ਆਉਣਗੇ ਐਕਟਰ ਤੇ ਰਾਈਟਰ ਪ੍ਰਿੰਸ ਕੰਵਲਜੀਤ ਸਿੰਘ। ਵੈਸੇ ਤਾਂ ਫਿਲਮ ਦੀ ਸਪੋਰਟਿੰਗ ਕਾਸਟ ਵੀ ਅਨਾਊਂਸ ਕਰ ਦਿੱਤੀ ਗਈ ਹੈ ਤੇ ਫਿਲਮ ਦੀ ਸਪੋਰਟਿੰਗ ਕਾਸਟ ਲਗਭਗ ਪੰਜਾਬੀ ਇੰਡਸਟਰੀ ਦੇ ਸਾਰੇ ਹੀ ਆਰਟਿਸਟ ਮੌਜੂਦ ਨੇ, ਜਿੱਦਾਂ ਕਿ ਨਿਰਮਲ ਰਿਸ਼ੀ, ਸਰਦਾਰ ਸੋਹੀ, ਗੁਰਮੀਤ ਸਾਜਨ, ਸੁਨੀਤਾ ਧੀਰ, ਹੌਬੀ ਧਾਲੀਵਾਲ, ਰਾਣਾ ਜੰਗ ਬਹਾਦਰ, ਹਰਬੀ ਸੰਘਾ, ਹਰਦੀਪ ਗਿੱਲ, ਰੁਪਿੰਦਰ ਰੂਪੀ, ਮਲਕੀਤ ਰੌਣੀ, ਹਰਿੰਦਰ ਭੁੱਲਰ, ਗੁਰਪ੍ਰੀਤ ਪੰਗੂ ਤੇ ਹੋਰ ਵੀ ਬਹੁਤ ਸਾਰੇ ਐਕਟਰਸ। ਇਸ ਫਿਲਮ ਦੀ ਫਸਟ ਲੁੱਕ ਕੱਲ੍ਹ ਹੀ ਸੋਸ਼ਲ ਮੀਡੀਆ 'ਤੇ ਰਿਵੀਲ ਕੀਤੀ ਗਈ ਤੇ ਮੰਨਣਾ ਪਏਗਾ ਕਿ ਇਸ ਫਿਲਮ ਦਾ ਫਸਟ ਲੁੱਕ ਪੋਸਟਰ ਬਹੁਤ ਹੀ ਜ਼ਿਆਦਾ ਕ੍ਰੀਏਟਿਵਲੀ ਡਿਜ਼ਾਈਨ ਕੀਤਾ ਗਿਆ ਹੈ। ਇਸ ਪੋਸਟਰ 'ਚ ਫਿਲਮ ਦਾ ਹਰ ਕ੍ਰੈਡਿਟ ਪੰਜਾਬੀ ਵਿੱਚ ਲਿਖਿਆ ਗਿਆ ਹੈ ਤੇ ਇਹ ਇੱਕ ਬਹੁਤ ਹੀ ਵਧੀਆ ਗੱਲ ਹੈ। ਫਿਲਮ ਦੀ ਰਿਲੀਜ਼ ਡੇਟ ਤਾਂ ਫਿਲਹਾਲ ਅਨਾਊਂਸ ਨਹੀਂ ਕੀਤੀ ਗਈ, ਪਰ ਨਾਨਕਾ ਮੇਲ ਨੂੰ ਡਿਸਟ੍ਰੀਬਿਊਟ ਕਰਨਗੇ ਓਮ ਜੀ ਗਰੁੱਪ ਤੋਂ ਮੁਨੀਸ਼ ਸਾਨੀ। ਜੇ ਤੁਸੀਂ ਇਸ ਫਿਲਮ ਨੂੰ ਦੇਖਣ ਲਈ ਐਕਸਾਈਟਿਡ ਹੋ ਤਾਂ ਸਾਨੂੰ ਸਾਡੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਹੱਸਦੇ ਵੱਸਦੇ ਰਹੋ, ਰੱਬ ਮਿਹਰ ਕਰੇ।